हाँ जी, मैं भी थोड़ा सा अपनी लाइफ में थोड़ा खेला हूँ। मैं कटोशील वगैरह इंटरडिस्ट वगैरह खेला हूँ, तो लेकिन कई मजबूरी करके फिर मैं 1988 ਦੇ ਵਿੱਚ CISF ਜੁਆਇਨ ਕਰ ਲਈ। ਤੇ ਫਿਰ ਕਿਉਂਕਿ ਟ੍ਰਾਂਸਫਰੇਬਲ ਜੌਬ ਹੁੰਦੀ ਹੈ ਤੇ ਉਸ ਦੇ ਵਿੱਚ ਫਿਰ ਹੈ ਨਹੀਂ ਪੋਸੀਬਲ ਨਹੀਂ ਹੈ ਖੇਡਣਾ। ਤੇ ਲੇਕਿਨ ਦਿਲ ਦੇ ਵਿੱਚ ਖੁਆਇਸ਼ ਸੀਗੀ ਖੁਦ ਨਹੀਂ ਬਣੇ ਤਾਂ ਅੱਗੇ ਕੋਈ ਬੱਚੇ ਬਣ ਜਾਣ। ਇਸ ਕਰਕੇ ਇਹ ਤਿੰਨ ਅਰਸ਼ਦੀਪ ਨੇ ਤਿੰਨ ਭੈਣ ਭਰਾ ਨੇ ਤੇ ਮੈਂ ਤਿੰਨਾਂ ਨੂੰ ਸਪੋਰਟਸ ਨਾਲ ਇਹਨਾਂ ਨੂੰ ਲਿੰਕ ਰੱਖਿਆ, ਇਹਨਾਂ ਨੂੰ ਅਟੈਚ ਕੀਤਾ। ਸਭ ਤੋਂ ਪਹਿਲੇ ਇਹਨਾਂ ਨੂੰ ਲਗਭਗ ਅਰਸ਼ਦੀਪ ਹੋਏਗਾ ਕੋਈ 5 ਕੁ ਸਾਲ ਦਾ, ਔਰ ਇਹਦੀ ਸਿਸਟਰ ਔਰ ਇਹਦਾ ਵੱਡਾ ਬ੍ਰਦਰ ਜਿਹੜਾ ਆਕਾਸ਼ਦੀਪ, ਇਹਨਾਂ ਨੂੰ ਮੈਂ ਸਕੇਟਿੰਗ ਕਰਾਉਣੀ ਸ਼ੁਰੂ ਕਰਤੀ ਸੈਕਟਰ 7 ਦੇ ਵਿੱਚ। ਪਹਿਲੇ ਸਕੇਟਿੰਗ ਕਰਾਈ, ਫਿਰ ਵੱਡੇ ਬ੍ਰਦਰ ਨੇ ਫਲੋਰ ਗੇਮ ਫਲੋਰਿੰਗ ਹੋਤੀ ਹੈ, ਉਸ ਤੋਂ ਬਾਅਦ ਬਾਸਕਟਬਾਲ। ਅਤੇ ਇਸ ਤਰ੍ਹਾਂ ਹੀ ਜਦੋਂ 7-8 ਸਾਲ ਦਾ ਹੋਇਆ ਤਾਂ ਅਸੀਂ ਇੱਕ ਦਿਨ ਪਾਰਕ ਦੇ ਵਿੱਚ ਐਸੇ ਹੀ ਖੇਡ ਰਹੇ ਬੱਚੇ, ਅਤੇ ਇਹਨੇ ਜਦੋਂ ਬਾਲ ਕੀਤੀ ਤਾਂ ਬਾਲ ਇਹਦਾ ਨੋਰਮਲੀ ਕੀ ਹੁੰਦਾ, ਜਦੋਂ ਬੱਚੇ ਬਾਲ ਕਰਦੇ ਆ ਤਾਂ ਵੱਟਾ ਬਾਲ ਮਾਰਦੇ ਆ, ਥਰੋ ਬਾਲ ਕਰਦੇ ਆ, ਲੇਕਿਨ ਇਹਨੇ ਬੜਾ ਸਮੂਥਲੀ ਬਾਲ ਉਹ ਜਿਹੜੀ ਸੁੱਟੀ ਇਹਨੇ, ਅਤੇ ਉਸ ਤੋਂ ਮੈਂ ਪ੍ਰਭਾਵਿਤ ਹੋਇਆ ਕਿ ਹਾਂ ਵੀ ਇਹਦਾ ਲੈਫਟੀ ਆ ਔਰ ਐਕਸ਼ਨ ਬੜਾ ਸਮੂਥ ਜਿਹਾ ਹੈ। ਅਤੇ ਫਿਰ ਕਿਉਂਕਿ ਦਿਲ 'ਚ ਮੇਰੀ ਖੁਆਇਸ਼ ਇਹੀ ਸੀ ਕਿ ਮੈਂ ਨਹੀਂ ਬਣਿਆ ਤਾਂ ਅੱਗੇ ਬੱਚੇ ਬਣ ਜਾਣ, ਮੈਂ ਦੋਵਾਂ ਭਰਾਵਾਂ ਨੂੰ ਨਾਲ ਲੈ ਕੇ ਅਤੇ ਇਹਨੂੰ ਅਕੈਡਮੀ 'ਚ ਲੈ ਕੇ ਗਿਆ, ਕੋਚ ਸਾਹਿਬ ਨੂੰ ਦਿਖਾਇਆ। ਅਤੇ ਇਹ ਇਹਨੇ ਆਪਣੀ ਪ੍ਰੈਕਟਿਸ ਸ਼ੁਰੂ ਕਰਤੀ ਕੋਈ 8-9 ਸਾਲ ਦੀ ਮਾੜੀ ਮੋਟੀ ਜੋ ਸ਼ੁਰੂ ਕਰਨੀ ਇਨੀਸ਼ੀਅਲ ਸਟੇਜ 'ਤੇ। ਲੇਕਿਨ ਮੇਰੀ ਟ੍ਰਾਂਸਫਰੇਬਲ ਜੋਬ ਸੀ, ਇਸ ਕਰਕੇ ਮੈਂ ਕੋਈ ਜ਼ਿਆਦਾ ਧਿਆਨ ਨਹੀਂ ਦੇ ਪਾਇਆ, ਉਹ ਡਿਸਕੰਟੀਨਿਊ ਹੋ ਗਿਆ। ਉਸ ਤੋਂ ਬਾਅਦ ਮੇਰੇ ਇੱਕ ਦੋ ਦੋਸਤ ਹੋਰ ਸੀਗੇ, ਉਹਨਾਂ ਨੇ ਕਿਹਾ ਕਿ ਤੂੰ ਇਹਨੂੰ ਭੇਜਿਆ ਕਰੋ। ਅਤੇ ਫਿਰ ਲਗਭਗ 12-13 ਸਾਲ ਦੀ ਉਮਰ ਦੇ ਵਿੱਚ ਫਿਰ ਜਦੋਂ ਦੁਬਾਰਾ ਸ਼ੁਰੂ ਕੀਤਾ, ਅਤੇ ਜਸਵੰਤ ਰਾਏ ਸਰ ਸੀਗੇ ਸੈਕਟਰ 36 ਕ੍ਰਿਕਟ ਅਕੈਡਮੀ ਹੈਗੀ ਗੁਰੂ ਨਾਨਕ ਪਬਲਿਕ ਸਕੂਲ ਦੀ, ਉੱਥੇ ਭੇਜਿਆ। ਉੱਥੇ ਫਿਰ ਉਹਨੂੰ ਅੱਛੀ ਤਰ੍ਹਾਂ ਜਿਹੜਾ ਜਸਵੰਤ ਰਾਏ ਸਾਹਿਬ ਨੇ ਅੱਛਾ ਇਹਨਾਂ ਨੂੰ ਕੋਚਿੰਗ ਕੀਤੀ, ਅਤੇ ਇਹ ਦਿਨੋਂ ਦਿਨ ਜਿਹੜਾ ਨਿਖਰਦਾ ਗਿਆ। ਅਤੇ ਅੰਡਰ 16 'ਚ ਵੀ ਉਹਨੇ ਅੱਛਾ ਪਰਫੋਰਮ ਕੀਤਾ, ਫਿਰ ਅੰਡਰ 19 'ਚ ਆਇਆ। ਅੰਡਰ 19 ਦੇ ਵਿੱਚ ਕਿਉਂਕਿ ਯੂਨੀਅਰ ਪਲੇਅਰ ਹੋਣ ਕਰਕੇ ਪਹਿਲੇ ਸੀਨੀਅਰ ਪਲੇਅਰ ਨੂੰ ਮੌਕਾ ਮਿਲਦਾ ਹੀ ਹੈ, ਇਹੀ ਹੁੰਦਾ, ਅਤੇ ਉਹ ਮੌਕੇ ਘੱਟ ਮਿਲੇ, ਅਤੇ ਜਿਸ ਕਰਕੇ ਥੋੜ੍ਹੀ ਜਿਹੀ ਫਰਸਟ੍ਰੇਸ਼ਨ ਆਈ ਕਿ ਮੈਂ ਕਿਹਾ ਵੀ ਬੇਟੇ ਲੱਗਦਾ ਹੈ ਕਿ ਪਤਾ ਨਹੀਂ ਕੈਰੀਅਰ ਬਣਨਾ ਹੈ ਜਾਂ ਨਹੀਂ ਬਣਨਾ, ਹੋ ਸਕਦਾ। ਇਨ ਦਾ ਮੇਨ ਟਾਈਮ ਇਹਦਾ ਬ੍ਰਦਰ ਜਿਹੜਾ ਸੀ ਵੱਡਾ ਸੀ ਉਹ ਬਰੈਂਪਟਨ ਕੈਨੇਡਾ ਚਲਾ ਗਿਆ ਸੀਗਾ, ਅਤੇ ਮੈਂ ਕਿਹਾ ਸੀ ਕਿ ਤੁਸੀਂ ਉਹਦੇ ਕੋਲ ਚਲੇ ਜਾ ਬੇਟੇ, ਅਤੇ ਫਿਊਚਰ ਸਿਕਿਉਰਿਟੀ ਤਾਂ ਬਹੁਤ ਮਸਟ ਹੈ ਆਪਣੇ ਪੰਜਾਬ ਹੋਇਆ ਜਾਂ ਇੰਡੀਆ 'ਚ ਹੋਇਆ, ਹੈ ਨਾ, ਇਸ ਵਰੀਡ ਰਹਿੰਦੀ ਹੈ ਪੇਰੈਂਟਸ ਨੂੰ। ਲੇਕਿਨ ਇਹਨੇ ਕਿਹਾ ਕਿ ਮੈਨੂੰ ਤੁਸੀਂ ਘੱਟੋ ਘੱਟ 1 ਸਾਲ ਦੇ ਦਿਓ, ਮੈਂ ਹੋਰ ਟਰਾਈ ਕਰਦਾ, ਮਿਹਨਤ ਕਰਦਾ, ਅਤੇ ਨਹੀਂ ਤਾਂ ਫਿਰ ਮੈਂ ਚਲਾ ਜਾਊਂਗਾ ਬ੍ਰਦਰ ਕੋਲ। ਅਤੇ ਫਿਰ ਕੀ ਹੋਇਆ ਕਿ ਇਹਨੇ ਕਾਫੀ ਹਾਰਡ ਵਰਕ ਕੀਤੀ, ਜਸਵੰਤ ਰਾਜ ਸਾਹਿਬ ਨੇ ਜਿਹੜੇ ਵੀ ਇਹਦੇ 'ਚ ਸ਼ਾਰਟਕਮਿੰਗ ਸੀ ਉਹਨਾਂ ਦੂਰ ਕੀਤੀਆਂ, ਅਤੇ ਫਿਰ ਇਹਨੇ ਇੰਟਰ ਡਿਸਟ੍ਰਿਕਟ ਵਿੱਚ ਚੰਗੀਆਂ 17-18 ਵਿਕਟਾਂ ਲਈਆਂ ਇਹਨੇ। ਉਸ ਤੋਂ ਬਾਅਦ ਇਹਦੀ ਸਿਲੈਕਸ਼ਨ ਹੋਈ, ਇਹ ਪੰਜਾਬ ਵੱਲੋਂ ਖੇਡਿਆ, ਪੰਜਾਬ ਦੇ ਵਿੱਚ ਫਿਰ ਇਹਨੇ ਜੋਨਲ ਜੋ ਖੇਡਿਆ ਉਹਦੇ 'ਚ ਅੱਛਾ ਪਰਫੋਰਮ ਕੀਤਾ, ਅਤੇ ਜੋ ਚੈਲੇਂਜਰ ਟਰੋਫੀ ਹੁੰਦੀ ਹੈ ਉਹਦੇ 'ਚ ਇੱਕ ਬੜੀ ਅੱਛੀ ਪਰਫੋਰਮੈਂਸ ਰਹੀ। ਉੱਥੇ ਫਿਰ ਰਾਹੁਲ ਸਰ ਸੀ, ਵੈਂਕਟੇਸ਼ ਪ੍ਰਸਾਦ ਸਰ ਔਰ ਸਾਰਿਆਂ ਨੇ ਦੇਖਿਆ, ਅਤੇ ਇਨ ਦਾ ਮੀਨ ਟਾਈਮ ਉੱਥੇ ਕੈਂਪ ਲੱਗਾ ਹੋਇਆ ਸੀਗਾ ਅੰਡਰ 19 ਦਾ, ਇਹ ਉਹਦਾ ਪਹਿਲੇ ਹਿੱਸਾ ਨਹੀਂ ਸੀਗਾ ਜਦ। ਅਤੇ ਫਿਰ ਇਹਦੀ ਇੱਕ ਇੰਜਰੀ ਹੋਈ ਇੱਕ ਪਲੇਅਰ ਨੂੰ, ਜਿਹਦੇ ਕਰਕੇ ਇਹਨੂੰ ਏਸ਼ੀਆ ਕੱਪ ਜਿਹੜਾ ਅੰਡਰ 19 ਸੀ ਉਹਦੀ ਸਿਲੈਕਸ਼ਨ ਹੋਈ, ਅਤੇ ਉਹਦੇ 'ਚ ਵੀ ਇਹਨੇ ਅੱਛਾ ਪਰਫੋਰਮ ਕੀਤਾ। ਉਸ ਤੋਂ ਬਾਅਦ ਇਹਦੀ ਇੱਦਾਂ ਹੀ ਜਰਨੀ ਸ਼ੁਰੂ ਹੋਈ ਕਿ ਅੰਡਰ 19 ਜਿਹੜਾ ਵਰਲਡ ਕੱਪ ਆ ਗਿਆ ਉਹਦੇ ਵਿੱਚ ਵੀ ਇਹਦੀ ਸਿਲੈਕਸ਼ਨ ਹੋ ਗਈ। ਉੱਥੇ ਵੀ ਇਹੀ ਹੋਇਆ ਕਿ ਉੱਥੇ ਇਸ਼ਾਨ ਪੋਰਲ ਇੰਜਰਡ ਹੋ ਗਿਆ ਅਤੇ ਇਹਨੂੰ ਪਲੇਇੰਗ ਦਾ ਮੌਕਾ ਮਿਲਿਆ, ਅਤੇ ਇਹਨੂੰ ਜੋ ਵੀ ਮੌਕੇ ਮਿਲੇ ਇਹਨੇ ਉਹਨੂੰ ਇਨਕੈਸ਼ ਕੀਤਾ, ਅੱਛਾ ਪਰਫੋਰਮ ਕੀਤਾ। ਉਸ ਤੋਂ ਬਾਅਦ ਅੰਡਰ 19 ਦੇ ਬੇਸ 'ਤੇ ਹੀ ਇਹਦਾ ਜੋ IPL ਦਾ ਸੀਗਾ, IPL ਦੇ ਵਿੱਚ ਇਹਦਾ ਨਾਂ ਜੋ ਸ਼ਾਰਟਲਿਸਟ ਹੁੰਦੀ ਹੈ ਅਤੇ ਉਹਦੇ ਵਿੱਚ ਆਇਆ, ਲੇਕਿਨ ਉਸ ਸਾਲ ਇਹਦੀ ਜਿਹੜੀ ਆ ਆਕਸ਼ਨ ਦੇ ਵਿੱਚ ਇਹ ਨਹੀਂ ਚੁਣਿਆ ਗਿਆ। ਫਿਰ ਇਹਨੇ ਅੱਛੀ ਮਿਹਨਤ ਕੀਤੀ, ਆਪਣੇ ਜੋ ਅੰਡਰ 23 ਵਗੈਰਾ ਇਹਨੇ ਖੇਡਿਆ, ਬੰਗਲਾਦੇਸ਼ ਦੇ ਖਿਲਾਫ ਹੋਰ ਖੇਡਿਆ, ਫਿਰ ਇੰਜਰੀ ਹੋਈ ਸੀ ਸ਼ਾਇਦ ਉਹਦੇ ਵਿੱਚ, ਅਤੇ ਫਿਰ ਨੈਕਸਟ ਈਅਰ ਇਹਨੂੰ ਬੇਸ ਪ੍ਰਾਈਸ 'ਤੇ ਕਿੰਗਸ ਇਲੈਵਨ ਪੰਜਾਬ ਨੇ ਖਰੀਦਿਆ, ਅਤੇ ਉਹਦਾ ਪਹਿਲਾ ਮੈਚ ਜਿਹੜਾ ਸੀਗਾ ਉਹ ਰਾਜਸਥਾਨ ਰਾਇਲ ਨਾਲ ਸੀਗਾ, ਜਿਹਦੇ 'ਚ ਬਟਲਰ ਦੀ ਔਰ ਰਹਾਨੇ ਦੀ ਵਿਕਟ ਲੈ ਕੇ ਇਹਨੇ ਟੀਮ ਨੂੰ ਜਿਤਾਇਆ ਔਰ ਅੱਛਾ ਪਰਫੋਰਮ ਕੀਤਾ। ਬਸ ਇੱਥੋਂ ਇਹਦੀ ਜਰਨੀ ਸ਼ੁਰੂ ਹੋਈ, ਇਹਨੇ ਅੱਛਾ ਪਰਫੋਰਮ ਕੀਤਾ, ਫਿਰ ਲਾਸਟ ਈਅਰ ਇਹਨੂੰ ਕਿੰਗਸ ਇਲੈਵਨ ਪੰਜਾਬ ਨੇ ਇਹਦੀ ਪਰਫੋਰਮੈਂਸ ਬੇਸ 'ਤੇ ਰਿਟੇਨ ਕੀਤਾ ਔਰ ਅੱਛਾ ਪੈਕੇਜ ਮਿਲਿਆ ਇਹਨੂੰ। ਉਸ ਤੋਂ ਬਾਅਦ ਇਹਨੇ ਲਾਸਟ 2 ਸੀਜ਼ਨ ਬਹੁਤ ਹੀ ਅੱਛਾ ਪਰਫੋਰਮ ਕੀਤਾ, ਜਿਹਦੇ ਬੇਸ 'ਤੇ ਪਰਮਾਤਮਾ ਦੀ ਕਿਰਪਾ ਨਾਲ ਔਰ ਸਾਰਿਆਂ ਦੀ ਗੁੱਡ ਵਿਸ਼ਿਜ਼ ਨਾਲ ਇਹਨੂੰ ਇੰਡੀਆ ਵੱਲੋਂ ਖੇਡਣ ਦਾ ਮੌਕਾ ਮਿਲਿਆ, ਔਰ ਇਸ ਤਰ੍ਹਾਂ ਹੀ ਜਰਨੀ ਸ਼ੁਰੂ ਹੋਈ ਸੀ। ਕਿਉਂਕਿ ਛੋਟਾ ਥਾ ਔਰ ਇਸਕਾ ਇਸਕੀ ਇਸਕਾ ਜੋ ਹੈਲਥ ਹੈ ਵੋ ਉਤਨਾ ਨਹੀਂ ਥਾ, ਇਟ ਵਾਸ ਗਰੋਇੰਗ ਅਪ, ਹੀ ਵਾਸ ਲਾਈਕ ਵੈਰੀ। ਤੋ ਇਸ ਪੇ ਦੋਨੋ ਕਾ ਰਿਐਕਸ਼ਨ ਜਾਨਣਾ ਚਾਹੂੰਗਾ ਕਿ ਹਾਉ ਯੂ ਗਏ, ਆਪ ਲੋਗੋ ਕੋ ਕੈਸਾ ਫੀਲਡ ਹੋਤਾ ਥਾ ਕਿ ਯਹਾਂ ਸੇ ਬੱਚਾ 36 ਜਾ ਰਹਾ ਹੈ ਐਂਡ ਡਰ ਹੋ ਲਗਤਾ ਹੋਗਾ ਖਰੜ ਕਾ ਟ੍ਰੈਫਿਕ ਐਂਡ ਆਲ ਐਵਰੀਥਿੰਗ, ਕੈਸੇ ਡੀਲ ਕਰਤੇ ਥੇ ਉਨ ਸਬ ਚੀਜ਼ੋਂ?
हाँ डर तो लगता से जब तक उतने पहुँच नहीं सी जाता अकैडमी तद तक मतलब सोचते रहना पता नहीं कितने आ पहुँचा नहीं पहुँचा फिर उतो सर की कॉल आ जानी भी हाँ पहुँच गया अर्शदीप आ गया अकैडमी क्योंकि फोन भी नहीं सीधे कोल उस टाइम तो फिर जो वापसी आता से उधरों सर ने कहना हमने चल पिया इधरों फिर टाइमिंग हों भी हाँ इन्ने टाइम से इन्हें पहुँच जाना है ये छे फेस रुकता हूँ पानी पीने वास्ते उतों फिर इन्हें अगे आ जाना टेंशन तो रही सी दिमाग से बहुत ज़्यादा फिर बार बार गेट वाल देखना भी आया नहीं आया तो चलो अरदास बेनती बाबा जी अगे करते रहना भी अंक संघ सहाई होकर रहो उन्होंने बच्चों के भी माँ बाप में तो टेंशन रहती है जब बच्चे घरों जाते हैं कोई भी नहीं असी हाँ जां दूसरे माँ बाप ने सब नूं टेंशन रहती है तो चलो ये एक तो यदि ये साइकिल पर जाने का कि मसल जोड़े स्ट्रोंोंग होंगे सी वार्म अप हो जाता सी जाके सीधी प्रैक्टिस शुरू कर लैंदा सी उस तरह जाके करूगा टाइम वेस्ट होएगा एक्चुअली पहले इनिशियली तो 20 सैक्टर तो 36 सैक्टर लैके जाते रहे नॉर्मली पता ही है कि 2 बजे बच्चों की छुट्टी होंगी 3 बजे अकैडमी शुरू हो जाती है तो इन्होंने वह तैयार रखना पूरा लंच लुंच ठीक है जी ताकि वो लंच जो पिछे बह के कर लेंदा सी ये अपना नाल लै जाते तो पार्क बह के अपना कर लेंगे सी फिर जो अं शिफ्ट करके खरड़ के तो थोड़ा जहा भी मच्योर 12-13 साल का हो गया तो वह फिर कित बस से जाता है कित सैकल पर जाता है तो फाइनैशियली भी और दूसरा मैं अपना सोचा कि इन्हें मोटीवेट करा कि तू सैकल पर जाएगा तेरे मसल ग्रो हो गए है ना तेरा एक वार्म अप हो जाएगा तो जाद तू प्रैक्टिस शुरू कर लेंगा तो क्योंकि ये अंदर पैशन सने गल एक्सैप्ट की बाकी यह रहा जिदा तुम्हें क्या वा सेफ्टी पॉइंट ऑफ व्यू से असी जाना सैकल वाले कोल कि पिछले जो स्टिकर जो होंगे ट्रैफिक वाले वो लगा दो जिस चमके रात को अंधेरा होता तो बच्चे पिछले लाइट पड़े तो मतलब कि सेफ रहे तो लेकिन फिर इन्हें घट्टो घट प्लस टू तक इन्हें सैकल पर किया प्लस टू तो बाद इन्हें अं मोटरसाइकिल लेके दिता तो उस तो बाद इदा जर्नी शुरू हो गई मोटरसाइकिल लेके दिता उसका इसका एक एक्सीडेंट हुआ था पीसीए स्टेडियम के बाहर अरोड़ा जो महबूब के साथ एक्चुअली पंजाब के अंदर ना एक फास्ट बॉलर की चोन हुई सी वैभव अरोड़ा और अर्शदीप जी सी तो इन्होंने जो मोटरसाइकिल दिता अर्ली इन द मॉर्निंग जा रहे थे तो इधर लांडरा रोड से इन्होंने रेहड़ी के मोटरसाइकिल बज गया तो दोनों इंजर्ड हो गए तो उधरों इन्हें प्रैक्टिस करनी सी फास्ट बॉलर की चल रही थी वर्ल्ड कप से ठीक पहले हुआ था शायद वर्ल्ड कप जी अंडर 23 से पहले शायद हाँ जी तो वो फिर कोच साहब ने कहा कि कोई चिंता करने की लड़ नहीं गई तो फिर आहिस्ता आहिस्ता वो भी एक इंसीडेंट होया हाँ जी सर अर्ली इन द मॉर्निंग होया वो वैभव अरोड़ा और दोनों से ज़्यादा मैम आपसे जानना चाहेंगे कि जैसे बचपन में जब अर्शदीप से 3 साल 4 साल 5 साल सबसे पहले जो कोई भी क्रिकेट खेलता है तो घर के आंगन से ही शुरुआत होती है मदर तो उसके बारे में बताएं पहले कैसे कोई आपने उनको बैट प्लास्टिक का बैट दिया या लकड़ी का बैट या गेंद दी आपने क्या दी थी अर्शदीप ने क्या आपकी अगर आप रिकॉल कर पाएं पहली मेमोरी क्या थी जहां पर आपने देखा होगा बच्चे तो हर तरह के खिलौने लेते हैं तो उसके बारे में बताएं शायद सर भी अवेयर नहीं हो क्योंकि घर में तो आप ही रहती थी खिलौने तो शायद मैं इन्हें बहुत ही घट लेके दिते ने बच्चों नू घर एक अपनी कपड़े धोने वाली थापी होंगी है मे बी तुम भी जानते हो गए उस चीज़ को इन्होंने मेरी मतलब 3-4 थापियां तोड़ियां सी इन्होंने ले जाने पार्क के कपड़े धोने कपड़े धोने वाली थापी होती है एक लकड़ी की लाइट हाँ जी तो वो इन्होंने बॉल बना लेनी प्लास्टिक के लफाफे जला के अच्छा ब्लैक वाली बॉल बन जाती ना 2-3 बच्चे होर होंगे से अपने नाल ही आस पड़ोस वाले तो बस वो थापी टुटती होंगी सी मेरी बाकी मैं प्लास्टिक का बैट कभी नहीं लैके दिता कढ़ाने वैसे ही मैं घट लैके दते ना इन्ना कभी मंगे सी मेरे तो पहली बार आपने गेंद इसको मार्केट से खरीद के ला के दी थी या बैट क्या दी थी और कौन सी गेंद थी प्लास्टिक की या रबर की या प्रॉपर क्रिकेट बॉल इको आँदी आ प्लास्टिक दॉल आदि रैड ब्लू करके होंदिया ने भोलियाँ भोलियाँ थोड़ियाँ जी वो दतिया सी एक दो बारी लिया के दी फिर गुम कर लेंगे सी फिर सेक्टर 7 में थे जी तो वो ना ये जब गली में खेलते थे तो बाल पड़ोसियों के घर में चली जाती थी वो फिर मैडम जो है बाल देती नहीं थी तो फिर लड़ाई झगड़ा होता फिर दोबारा बाल बुल लेके आना या कैसे करना तो नहीं खैर वो मैं भी थोड़ा बहुत अरेंज कर देता था जैसे थोड़े मेच्योर हुए फिर अब उनसे मैम से बात होती है नहीं बोलते हैं कि भाई आपने जिस बच्चे के बॉल नहीं मेरी इच्छा है कि उनसे बात हो बताएं लेकिन अभी क्योंकि वो सारे जॉब वाले होते हैं तो कम से कम इस पीरियड को मैं लगता है कि 16-17 साल हो गए तो बहुत बड़ा गैप है उनको मिलना मुश्किल है